ਦਲ ਬਦਲੂ ਆ ਜਿਹੜੇ ਉਹ ਨਿਸ਼ਾਨੇ 'ਤੇ ਆਏ ਪਏ ਆ ਲੋਕਾਂ ਦੀ ਸਿਹਤ 'ਤੇ ਆ, ਕਹਿੰਦੇ ਕਿ ਕੋਈ ਨਾ ਕੋਈ ਇਹਨਾਂ ਨਾਲ ਬਣੂਗੀ ਇਸ ਵਾਰੀ। ਨਹੀਂ ਦੇਖੋ, ਮੈਂ ਤਾਂ ਖੁਦ ਇਹ ਕਹਿੰਦਾ, ਉਹ ਕਿਸੇ ਵੀ ਪਾਰਟੀ 'ਚ ਹੋਵੇ ਭਾਵੇਂ ਕਾਂਗਰਸ 'ਚ ਹੋਵੇ, ਮੈਂ ਕਹਿੰਦਾ ਇਹ ਲੋਕਾਂ ਨੂੰ ਜਿਹੜਾ ਆ ਲੋਕਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ। ਐਟਲੀਸਟ ਇਹ ਲੋਕ, ਇਹਨਾਂ ਨੂੰ ਇਹ ਭੁਲੇਖਾ ਪੈ ਜਾਂਦਾ ਵੀ ਅਸੀਂ ਫਲਾਨੀ ਪਾਰਟੀ 'ਚ ਜਾ ਕੇ ਇੰਨੇ ਵੋਟ ਲੈ ਲਏ, ਅਸੀਂ ਫਲਾਨੀ ਪਾਰਟੀ ਜਾ ਕੇ ਇੰਨੇ ਵੋਟ ਲੈ ਲਏ, ਇਹਨਾਂ ਨੂੰ ਇਹ ਭੁਲੇਖਾ ਪੈ ਜਾਂਦਾ ਵੀ ਸ਼ਾਇਦ ਸਾਡੀ ਫੋਲੋ ਅਪ ਬਹੁਤ ਆ। ਪਰ ਤੁਸੀਂ ਇੱਕ ਚੀਜ਼ ਸੰਦੀਪ ਜੀ ਨੋਟ ਕਰੋਗੇ, ਜਿੰਨੇ ਵੀ ਇਹ ਲੀਡਰ ਬਦਲ ਕੇ ਗਏ ਆ, ਇਹਨਾਂ ਨਾਲ ਇੱਕ ਸਿੰਗਲ ਬੰਦਾ ਨਹੀਂ ਗਿਆ, ਇੱਕ ਸਿੰਗਲ ਬੰਦਾ ਵੀ। ਪਰ ਉਹ ਤਾਂ ਕਹਿੰਦੇ ਆ ਜਿਹੜੇ ਬਦਲੇ ਆ ਜਿਹੜੀ ਵੀ ਪਾਰਟੀ 'ਚ ਗਏ ਆ, ਕਹਿੰਦੇ ਤਰੱਕੀ ਸਾਡੀ ਤਾਂ ਹੋਣੀ ਆ ਜੇ ਅਸੀਂ ਜਾਵਾਂਗੇ। ਚੱਬੇਵਾਲ ਤੋਂ ਲੈ ਕੇ ਰਵਨੀਤ ਬਿੱਟੂ ਤੋਂ ਲੈ ਕੇ ਸਾਡਾ ਜਿਹੜਾ ਆਪਣਾ ਰਿੰਕੂ ਆ, ਟੀਨੂ ਆ, ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨਾਲ ਕੋਈ ਕਿਤੇ ਨਾਲ ਬੰਦਾ ਗਿਆ ਹੋਵੇ, ਕੋਈ ਕਾਉਂਸਲਰ ਵੀ ਗਿਆ ਹੋਵੇ। ਔਰ ਉਸ ਸੰਬੰਧ ਦੇ ਵਿੱਚ ਲੋਕ ਇਸ ਲੈਅ ਦੇ ਵਿੱਚ ਹੈਗੇ ਆ ਵੀ ਇਸ਼ੂਆਂ ਨੂੰ ਵੀ ਛੱਡ ਲਈਏ ਭਾਵੇਂ। ਵੈਸੇ ਤਾਂ ਮੈਨੂੰ ਲੱਗਦਾ ਇਸ਼ੂਜ਼ ਬੇਸ ਪੋਲੀਟਿਕਸ ਹੋਣੀ ਚਾਹੀਦੀ ਆ, ਪਰ ਕਿਉਂਕਿ ਉੱਥੇ ਇੰਡੀਵਿਜੁਅਲ ਕਿਰਦਾਰ ਵੀ ਤਾਂ ਖੰਡ ਦੀ ਗੱਲ ਆਉਂਦੀ ਆ ਨਾ, ਪੋਲੀਟੀਕਲ ਪਾਰਟੀਆਂ ਵੀ ਇਹ ਸਮਝਣ ਲੱਗ ਪਈਆਂ ਵੀ ਉੱਧਰੋਂ ਨਹੀਂ ਤਾਂ ਉੱਧਰੋਂ, ਉੱਧਰੋਂ ਨਹੀਂ ਤਾਂ ਉੱਧਰੋਂ। ਲੇਕਿਨ ਐਟ ਦਾ ਸੇਮ ਟਾਈਮ ਮੈਨੂੰ ਲੱਗਦਾ ਸਾਰਿਆਂ ਨੂੰ ਕਿਤੇ ਨਾ ਕਿਤੇ ਇਸ ਗੱਲ ਦੀ ਗੁਰੇਜ਼ ਕਰਨ ਦੀ ਜ਼ਰੂਰਤ ਹੈਗੀ ਆ। ਪਰ ਇਹਦੀ ਪਿਰਤ ਤਾਂ ਸਾਨੂੰ ਤਾਂ ਐਂ ਲੱਗਦਾ, ਐਨਾਲਿਸਿਸ ਕਰਦੇ ਹਾਂ, ਵਿਸ਼ਲੇਸ਼ਣ ਕਰਦੇ ਹਾਂ, ਕਿ ਕਾਂਗਰਸ ਪਾਰਟੀ ਨੇ ਪਾਈ ਹੈ, ਕਾਂਗਰਸ ਦੇ ਕੁਝ ਅਜਿਹੇ ਪਰਿਵਾਰ ਆ ਜਿਹੜੇ ਕਹਿੰਦੇ ਆ ਸਾਡੇ ਬਿਨਾਂ ਇੱਥੇ ਕੋਈ ਹੋਰ ਨਾ ਖੰਘੇ, ਜੇ ਖੰਘ ਵੀ ਆਵੇ ਤਾਂ ਅਸੀਂ ਖੰਘੀਏ। ਨਹੀਂ ਨਹੀਂ, ਇਹ ਮਾਨਸਿਕਤਾ ਹੈਗੀ ਆ, ਲੇਕਿਨ ਸਮੇਂ ਦਾ ਬਦਲਾਅ ਸ਼ਾਇਦ ਉਹ ਸਮਝਣ ਨੂੰ ਤਿਆਰ ਨਹੀਂ ਹੈ। ਉਹ ਕਹਿੰਦੇ ਵੀ ਸ਼ਾਇਦ 100 ਸਾਲ ਅਸੀਂ ਕੀਤਾ ਆ ਅਤੇ ਹੁਣ ਗਾਂਹ ਵੀ ਜਿਹੜਾ ਸਾਡਾ ਹੀ ਤੀਜੀ ਚੌਥੀ ਪੰਜਵੀਂ ਪੀੜ੍ਹੀ ਸਾਡੀ ਆਉਣੀ ਚਾਹੀਦੀ ਆ, ਅਤੇ ਸਾਡੇ ਹਜੇ ਸਮਾਜ ਪ੍ਰਤੀ ਕੰਮ ਬਹੁਤ ਰਹਿ ਗਏ ਆ ਵੀ ਤੁਹਾਡੇ ਸਮਾਜ ਪ੍ਰਤੀ ਹੋਰ ਕਿਸੇ ਬੰਦੇ ਨੂੰ ਕਰ ਲੈਣ ਦਈਏ। ਔਰ ਉਹਦੇ ਵਿੱਚ ਜਿਹੜੀ ਜਲੰਧਰ ਦੀ ਠੀਕ ਸੀਟ ਆ, ਇੰਟਰਸਟਿੰਗ ਜ਼ਰੂਰ ਹੈ, ਪਰ ਉਹ ਮੈਨੂੰ ਲੱਗਦਾ ਇਸ ਵਾਰੀ ਵਨ ਸਾਈਡਡ ਹੋ ਜਾਣੀ ਆ। ਪਰ ਚੰਨੀ ਸਾਹਿਬ ਲਈ ਕਹਿੰਦੇ ਸ਼ੁਰੂ ਸ਼ੁਰੂ 'ਚ ਜਦੋਂ ਅਨਾਊਂਸਮੈਂਟ ਹੋਈ ਉਦੋਂ ਬੜੀ ਇੱਕ ਲਹਿਰ ਜੀ ਹਵਾ ਜੀ ਬਣੀ, ਪਰ ਜਦੋਂ ਤੁਹਾਡੇ ਕਾਂਗਰਸ ਦੀਆਂ ਉੱਥੋਂ ਵਿਕਟਾਂ ਲਗਾਤਾਰ ਡਿੱਗੀਆਂ, ਖਾਸ ਕਰਕੇ ਪੁਰਾਣੇ ਉਮੀਦਵਾਰ ਜਿਮਣੀ ਚੋਣ ਵਾਲੇ ਨਹੀਂ ਟਿੱਕੇ, ਤੁਹਾਡੀ ਪਾਰਟੀ 'ਚ ਭਾਜਪਾ ਵੱਲ ਚਲੇ ਗਏ, ਕਹਿੰਦੇ ਉਸ ਕਰਕੇ ਹੁਣ ਮੁਕਾਬਲਾ ਇੰਨਾ ਸੌਖਾ ਨਹੀਂ ਚੰਨੀ ਸਾਹਿਬ ਲਈ। ਉੱਥੇ ਸੰਦੀਪ ਜੀ ਹਾਲਾਤ ਇਹ ਆ ਵੀ ਜਿਹੜੇ ਸਾਡੇ ਉੱਥੇ ਦੇ ਵਰਕਰ ਆ ਜਾਂ ਵੋਟਰਸ ਆ, ਉਹ ਕਹਿੰਦੇ ਹੁਣ ਕਿਤੇ ਇਹਨਾਂ ਨੂੰ ਵਾਪਸ ਨਾ ਲੈ ਆਇਓ, ਕਿਤੇ ਇਹ ਗਲਤੀ ਨਾ ਕਰ ਲਿਓ। ਦੇਖੋ, ਲੀਡਰ ਉਹ ਹੁੰਦਾ ਜਿਹੜਾ ਬੇਸਿਕਲੀ ਜਿਹੜੇ ਲੋਕਾਂ ਦੀਆਂ ਫੀਲਿੰਗਸ ਨੂੰ ਨਾਲ ਲੈ ਕੇ ਜਾਵੇ। ਇਹਨਾਂ ਨਾਲ ਕਿਸੇ ਨਾਲ ਫੀਲਿੰਗ ਤਾਂ ਹੈ ਨਹੀਂ। ਅੱਛਾ, ਜੇ ਇੰਨਾ ਇਹ ਤਕੜਾ ਆ ਤਾਂ ਫਿਰ ਇਹ ਆਪ ਵੀ ਛੱਡ ਦੇਵੇ, ਉੱਥੋਂ ਮੈਂਡੇਟ ਲੈ ਲਵੇ। ਤੁਸੀਂ ਕਿਹਦੀ ਗੱਲ, MLA ਦੀ ਕਰ ਰਹੇ? ਮੈਂ ਤਾਂ ਬੇਸਿਕਲੀ ਵਿਕਰਮ ਦੀ ਗੱਲ ਕਰਦਾ ਵੀ ਕਿਉਂਕਿ ਪਰਿਵਾਰ ਭੇਜ ਦਿੱਤਾ ਉੱਧਰ ਅਤੇ ਲੇਕਿਨ BJP ਦੇ ਵਿੱਚ, ਅਤੇ ਹੁਣ ਛੱਡ ਕੇ ਜੇ ਬੰਦਾ ਇੰਨਾ ਹੀ ਤਕੜਾ ਹੈਗਾ ਤਾਂ ਫਿਰ ਛੱਡ ਕੇ ਚਲੇ ਜਾ। ਪਹਿਲਾਂ ਹੀ ਸੁੱਖ ਨਾਲ ਵਿਧਾਨ ਸਭਾ 'ਚ ਥੋੜ੍ਹੀ ਜਿਹੀ ਗਿਣਤੀ ਹੈ, ਪਹਿਲਾਂ ਸੰਦੀਪ ਜਾਖੜ ਸਾਹਿਬ ਚਲੇ ਗਏ, ਉਹਨਾਂ ਨੂੰ ਤੁਸੀਂ ਪਾਰਟੀ 'ਚੋਂ ਬਾਹਰ ਦਾ ਰਸਤਾ ਤੁਹਾਡੇ ਪ੍ਰਧਾਨ ਸਾਹਿਬ ਉਹਨਾਂ ਨੇ ਦਿਖਾਤਾ, ਹੁਣ ਇਹ ਵੀ ਚਲੇ ਗਏ, ਰਹਿ ਕਿੰਨੇ ਜਾਣੇ ਆ ਮਗਰ? ਚਲੋ, ਘੱਟ ਰਹਿ ਜਾਣ, ਜ਼ਿਆਦਾ ਰਹਿ ਜਾਣ, ਦੇਖੋ ਮੈਂ ਤਾਂ ਲੌਜਿਕ ਦੀ ਰਾਜਨੀਤੀ ਕਰਦਾ ਹਾਂ। ਮੈਂ ਕਹਿੰਦਾ ਠੀਕ ਆ, ਉਹ ਜਿਹੜਾ ਸੀਟ ਤੱਕ ਮੰਗਣਾ ਉਹਨਾਂ ਦਾ ਅਧਿਕਾਰ ਹੈ, ਬਟ ਕਿਤੇ ਨਾ ਕਿਤੇ ਵਿਨੇਬਿਲਟੀ ਜਿਹੜੀ ਆ, ਕਿਉਂਕਿ ਅੱਜ ਦੇਸ਼ ਦੀ ਜਿਹੜੀ ਪੋਲੀਟਿਕਸ ਆ ਨਾ, ਅਸਲੀ ਗੱਲ ਆ, ਉਹਦੇ ਵਿੱਚ ਜਿਹੜਾ ਖਲਾਅ ਪੈਦਾ ਹੋਇਆ, ਉਹ ਜਿਹੜੇ ਹਾਲਾਤ ਪੈਦਾ ਹੋਏ ਆ, ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਨਿੱਜੀ ਛੱਡ ਕੇ ਸਾਨੂੰ ਦੇਸ਼ ਦੀ ਰਾਜਨੀਤੀ ਦੇ ਸੰਬੰਧਿਤ ਸਾਨੂੰ ਇੱਕਜੁੱਟ ਹੋ ਕੇ ਲੜਨ ਦੀ ਜ਼ਰੂਰਤ ਆ, ਕਿਉਂਕਿ ਜਿਹੜਾ ਸਾਡਾ ਦੇਸ਼ ਕਿਸੇ ਪਾਸੇ ਨੂੰ ਜਿੱਧਰ ਨੂੰ ਤੁਰਿਆ ਜਾ ਰਿਹਾ, ਉਹ ਕੋਈ ਬਹੁਤਾ ਚੰਗਾ ਪਾਸਾ ਨਹੀਂ ਹੈ। ਇੱਕ ਜਿਹੜਾ ਅਖਬਾਰਾਂ ਦੀਆਂ ਸੁਰਖੀਆਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਦੋਂ ਦਾ ਚੋਣ ਪ੍ਰਚਾਰ ਸ਼ੁਰੂ ਹੋਇਆ, ਉਹ ਬਣ ਰਿਹਾ, ਉਹ 13-0 ਵਾਲਾ, ਉਹ 13-0 ਵਾਲਾ ਫਾਰਮੂਲਾ ਜਿਹੜਾ ਤੁਹਾਨੂੰ ਪਰੇਸ਼ਾਨ ਨਹੀਂ ਕਰਦਾ? ਨਹੀਂ, ਉਹ 13-0 ਕਈ ਵਾਰੀ 0-13 ਵੀ ਹੋ ਜਾਂਦਾ ਹੁੰਦਾ, ਕਿਉਂਕਿ ਆਮ ਆਦਮੀ ਪਾਰਟੀ 13-0 ਦਾ, ਔਰ 13 ਇਹ ਨਾ, ਦੇਖੋ ਭਗਵੰਤ ਮਾਨ ਜੀ ਬੜਾ ਕਹਿੰਦੇ ਆ ਵੀ ਦੇਖੋ ਜੀ ਮੈਨੂੰ 13 ਆਵਾਜ਼ਾਂ ਦੇ ਦਿਓ, ਵੀ ਜਿਹੜੀਆਂ 7 ਪਹਿਲਾਂ ਲੈ ਕੇ ਗਿਆ ਸੀ ਉਹ ਕਿੱਥੇ ਗਈਆਂ?
ਵੀ ਉਹਨਾਂ ਨੇ ਜੇ ਤਾਂ ਉੱਥੇ ਕੁਛ ਦੋ ਸਾਲਾਂ 'ਚ ਕੀਤਾ ਹੋਵੇ ਤਾਂ ਮੈਨੂੰ ਭਗਵੰਤ ਮਾਨ ਜੀ ਦੱਸ ਦੇਣ, ਜਾਂ ਫਿਰ ਇਹਦਾ ਮਤਲਬ ਇਹ ਹੋਇਆ ਵੀ ਉਹ ਸੱਤ ਬਿਲਕੁਲ ਅਸੀਂ ਇੱਦਾਂ ਦੇ ਲਏ ਸੀ ਜਿਹਨਾਂ ਦਾ ਰੋਲ ਕੋਈ ਹੋਰ ਸੀਗਾ, ਉਹਨਾਂ ਦਾ ਐਮ ਪੀ ਰਾਜ ਸਭਾ ਦਾ ਰੋਲ ਹੀ ਹੈ ਨਹੀਂ ਸੀਗਾ, ਅਤੇ ਤਾਂ ਹੀ ਬੰਦਾ ਕਹਿੰਦਾ ਨਾ ਵੀ ਉਹ ਤਾਂ ਐਵੇਂ ਮੈਂ ਲੈ ਲਏ ਸੀਗੇ। ਅੱਛਾ, ਜਾਂ ਫਿਰ ਉਹਨਾਂ ਦੀ ਕ੍ਰੈਡੀਬਿਲਟੀ ਕਿਤੇ ਉਹਨਾਂ ਨੂੰ ਪੁੱਛ ਕੇ ਦੇਖ ਲਿਓ ਵੀ ਭਾਈ ਤੁਹਾਡਾ ਸੀ ਐਮ ਤਾਂ ਕਹਿੰਦਾ ਹੈਗਾ ਵੀ ਮੇਰੇ ਕੋਲ ਸੱਤ ਤਾਂ ਹੈ ਹੀ ਨਹੀਂ ਗੇ, ਅਤੇ ਫਿਰ ਉਹ ਉੱਥੇ ਕੀ ਕਰਦੇ ਆ ਬੇਸਿਕਲੀ, ਫਿਰ ਉਹ ਉੱਥੇ ਜਾ ਕੇ ਕਰਦੇ ਕੀ ਆ ਜਿਹੜਾ ਹੁਣ ਇਹ ਕਹਿੰਦਾ ਵੀ ਹਾਂ ਵੀ ਸਾਨੂੰ ਮੈਂਡੇਟ ਦੇ ਦਿਓ। ਤੁਸੀਂ ਤਾਂ ਚਲੋ ਆਮ ਆਦਮੀ ਪਾਰਟੀ ਦੀ ਵੀ ਆਲੋਚਨਾ ਹੁਣ ਕਰ ਰਹੇ ਹੋ ਇਸ ਇੰਟਰਵਿਊ ਦੇ ਦੌਰਾਨ, ਵੀ ਪਹਿਲਾਂ ਵੀ ਤੁਹਾਡੇ ਟਵੀਟ ਦੇਖੇ ਗਏ, ਬਿਆਨ ਦੇਖੇ ਗਏ, ਇੰਟਰਵਿਊਜ਼ ਦੇਖੀਆਂ ਗਈਆਂ, ਪਰ ਸ਼੍ਰੋਮਣੀ ਅਕਾਲੀ ਦਲ ਇਸ ਵਿੱਚ ਇੱਕ ਹੋਰ ਗੱਲ ਦੀ ਟਿੱਪਣੀ ਕਰਦਾ, ਕਹਿੰਦੇ ਕਾਂਗਰਸ ਵਾਲੇ ਅਤੇ ਆਪ ਵਾਲੇ ਇੱਕ ਦੂਜੇ ਨੂੰ ਸਟੇਜਾਂ ਤੋਂ ਇੰਟਰਵਿਊਆਂ 'ਚ ਨਿੰਦਦੇ ਬਹੁਤ ਹੈ, ਪਰ ਅੰਦਰੋਂ ਤਾਂ ਇੱਕ ਮੇਕੀ ਹੈ ਸਾਰੇ ਪਾਸੇ, ਸਭ ਨੂੰ ਪਤਾ। ਬਿਲਕੁਲ ਇਹੋ ਜਿਹੀ ਕੋਈ ਗੱਲ ਨਹੀਂ ਹੈ। ਦੇਖੋ ਅਸੀਂ ਖੜ ਕੇ ਅਤੇ ਲੜ ਕੇ ਇਹਨਾਂ ਨਾਲ ਪੰਜਾਬ 'ਚ ਲਾਇੰਸ ਨਹੀਂ ਹੋਣ ਦਿੱਤਾ, ਕਿਉਂਕਿ ਪੰਜਾਬ ਦੀ ਰਾਜਨੀਤੀ ਨੂੰ ਵੀ ਤਾਂ ਬਚਾਉਣਾ, ਪੰਜਾਬ ਦੀ ਜੋ ਅੱਜ ਹਾਲਾਤ ਹੈਗੇ ਆ, ਜੋ ਇਹ ਕਰ ਰਹੇ ਆ, ਜੇ ਅਸੀਂ ਐਜ਼ ਏ ਓਪੋਜੀਸ਼ਨ ਅਸੀਂ ਆਪਣਾ ਰੋਲ ਨਹੀਂ ਪਲੇਅ ਕਰਦੇ ਤਾਂ ਫਿਰ ਅਸੀਂ ਲੋਕਾਂ ਦੇ ਵਿੱਚ ਫੇਸ ਕੀ ਲੈ ਕੇ ਜਾਵਾਂਗੇ। ਕਿਉਂਕਿ ਬੜਾ ਮੈਂ ਤਾਂ ਬਹੁਤ ਕਲੀਅਰ ਹੈ, ਕਿਉਂਕਿ ਜੇ ਤਾਂ ਇਹ ਕੋਈ ਚੰਗੀ, ਦੇਖੋ ਮੈਂ ਤਾਂ ਇਹ ਵੀ ਕਹਿੰਦਾ ਹੁੰਦਾ ਵੀ ਜੇ ਉਹਨੇ ਕੋਈ ਚੰਗੀ ਚੀਜ਼ ਕੀਤੀ ਆ ਮੈਂ ਉਹਦੀ ਪ੍ਰੇਜ਼ ਵੀ ਕਰ ਦਿੰਦਾ ਹੁੰਦਾ, ਮੈਂ ਇੰਨੇ ਕੁ ਗੱਟਸ ਰੱਖਦਾ, ਪਰ ਜਦੋਂ ਕੋਈ ਚੀਜ਼ ਚੰਗੀ ਕੀਤੀ ਨਹੀਂ ਦੋ ਸਾਲਾਂ 'ਚ, ਕਿਉਂਕਿ ਮੈਂ ਉਦੋਂ ਪਹਿਲਾਂ ਸਾਲ ਕੁ ਪਹਿਲਾਂ ਬਿਲਕੁਲ ਨਹੀਂ ਬੋਲਿਆ, ਮੈਂ ਕਿਹਾ ਯਾਰ ਇਹਨਾਂ ਨੂੰ ਟਾਈਮ ਦੇਣਾ ਚਾਹੀਦਾ ਕਿਉਂਕਿ ਨਵੀਂ ਪਾਰਟੀ ਆਈ ਆ, ਬਦਲਾਅ ਵਾਲੀ ਪਾਰਟੀ ਆਈ ਆ, ਦੋ ਸਾਲਾਂ 'ਚ ਕ੍ਰਾਈਮ, ਨਸ਼ਾ, ਡਿਵੈਲਪਮੈਂਟ, ਮਤਲਬ ਕਿਤੇ ਇੱਟ ਵੀ ਲਾਈ ਹੋਵੇ, ਅਤੇ 70,000 ਕਰੋੜ ਤਾਂ ਮੈਨੂੰ ਲੱਗਦਾ ਹੁਣ 70,000 ਕਰੋੜ ਤੋਂ ਵੀ ਪਲੱਸ ਹੋ ਗਿਆ ਹੋਣਾ, ਪਿੱਛੇ ਜਿਹਾ ਮੈਂ ਪਤਾ ਨਹੀਂ ਐਗਜੈਕਟ ਫਿਗਰ ਨਹੀਂ ਹੈ ਮੇਰੇ ਕੋਲ, ਪਰ ਕਹਿੰਦੇ 12,000 ਕਰੋੜ ਰੁਪਈਏ ਦਾ ਕਰਜ਼ਾ ਹੋਰ ਲੈ ਲਿਆ, ਅਤੇ ਜੇ 80,000 ਕਰੋੜ ਰੁਪਈਏ ਦਾ ਦੋ ਸਾਲਾਂ 'ਚ ਕਰਜ਼ਾ ਲੈ ਲਿਆ, ਜਿਹੜੇ ਕਹਿੰਦੇ ਸੀ ਅਸੀਂ ਇਹਨੂੰ ਪੋਜ਼ਿਟਿਵ ਲੈ ਕੇ ਆਵਾਂਗੇ ਇਸ ਬਜਟ ਨੂੰ, ਅਤੇ ਫਿਰ ਅਲਟੀਮੇਟਲੀ ਉਹ ਅੱਛਾ ਜੇ ਉਹ ਪਿੰਡਾਂ ਦੀ ਕਿਤੇ ਡਿਵੈਲਪਮੈਂਟ ਲਈ ਲਾਇਆ ਹੋਵੇ ਤਾਂ ਵੀ ਠੀਕ ਹੈ, ਸ਼ਹਿਰ ਦੀ ਡਿਵੈਲਪਮੈਂਟ ਲਈ ਲਾਇਆ ਹੋਵੇ ਤਾਂ ਵੀ ਠੀਕ ਆ, ਪਰ ਮੈਨੂੰ ਕਿਤੇ ਵੀ ਇੱਟ ਨਜ਼ਰ ਨਹੀਂ ਆਉਂਦੀ, ਸਿਰਫ ਸਵਾਏ ਲੋਕਾਂ ਨੂੰ ਡਰਾਉਣ ਤੋਂ ਜੋ ਮੋਦੀ ਐਂਡ ਕੰਪਨੀ ਦਿੱਲੀ ਦੇ ਵਿੱਚ ਕਰਦੀ ਆ, ਪੰਜਾਬ ਦੇ ਵਿੱਚ ਵੀ ਤਾਂ ਇਹੀ ਕਰਦੇ ਆ। ਪਰ ਇਹ ਤਾਂ ਇਹ ਕਹਿ ਰਹੇ ਆ, ਪੋਸਟਰ ਵੀ ਛਾਪੇ, DP ਤੱਕ ਲਗਾਏਗੀ, ਪ੍ਰੋਫਾਈਲ ਪਿਕਚਰਾਂ ਲਾਈਆਂ ਗਈਆਂ, ਕਹਿੰਦੇ ਕਿ ਸਭ ਤੋਂ ਵੱਡਾ ਡਰ ਹੀ ਕੇਜਰੀਵਾਲ ਦਾ ਮੋਦੀ ਸਾਹਿਬ ਨੂੰ ਹੈ, ਕਹਿੰਦੇ ਕਿ ਤਾਂ ਉਹਨਾਂ ਨੂੰ ਅੰਦਰ ਕਰਤਾ, ਕਹਿਣ ਦੀਆਂ ਗੱਲਾਂ ਹੈ ਨਾ। ਅਲਟੀਮੇਟਲੀ ਜੋ ਉਹਨਾਂ ਨੇ ਦਿੱਲੀ ਕੀਤਾ ਉਹ ਹੀ ਇਹਨਾਂ ਨੇ ਪੰਜਾਬ ਦੇ ਵਿੱਚ ਕੀਤਾ। ਦੇਖੋ ਅੱਜ ਜਿਹੜੀ ਖਾਸ ਕਰਕੇ ਸਿੱਖਾਂ ਦੇ ਅਗੇਂਸਟ ਜਿਹੜੀ ਤੁਹਾਡੇ 'ਤੇ ਤੰਜ ਕੱਸੇ ਜਾਂਦੇ ਆ, ਤੁਹਾਨੂੰ ਕਿਤੇ ਨਾ ਕਿਤੇ ਕਿਤੇ ਉਹ ਬੇਇੱਜ਼ਤ ਕੀਤਾ ਜਾਂਦਾ, ਇਹਨਾਂ ਨੇ ਪੰਜਾਬ ਦੇ ਵਿੱਚੋਂ ਕੰਟਰੋਲ ਕਰ ਲਿਆ। ਅੱਛਾ, ਮੋਦੀ ਵੀ ਇਹੀ ਤਾਂ ਕੰਮ ਕਰਦਾ, ਮੋਦੀ ਹੋਰ ਕੀ ਕਰਦਾ? ਸੋ ਇਸ ਕਰਕੇ ਇਹ ਉਹਨਾਂ ਦੇ ਹੀ ਬੀ ਟੀਮ ਹੈਗੀ ਆ, ਅਤੇ ਉਹਨਾਂ ਦੀ ਥਾਲੀ ਦੇ ਚੱਟੇ ਬੱਟੇ ਹੈਗੇ ਆ, ਜੋ ਉਹ ਇਹ ਸਟੇਜਾਂ ਤੋਂ ਭਗਵੰਤ ਮਾਨ ਜੋ ਮਰਜ਼ੀ ਕਹੀ ਜਾਵੇ, ਲੇਕਿਨ ਪੰਜਾਬ ਦੇ ਨਾਲ ਕਦੀ ਖੜ੍ਹਾ ਤੁਹਾਨੂੰ ਦਿਸਿਆ ਇਹ?